प्रोग्राम 16 ने सच में तुहाड़ा सारयां दा स्वागत। मैं संदीप लादूका पंजाब दे अहम मसलियां दे उत्ते चर्चा करांगे। मेरे नाल होणगे इस चर्चा दे विच हाजर ने सीनियर पत्रकार जगतार सिंह भुल्लर जी। सब तो पहला मसले दा दी जिहड़ी पड़चोल करांगे कि ईडी ने जो कार्रवाई की आम आदमी पार्टी दे विधायक जसवंत सिंह गज्जन माजरा नूं जो लिजाया गया, उस तो बाद उन्हां दा पता लग्गिया, मैडिकल भी करवा लिया गया, इस नूं गिरफ्तारी मन्नी जा रही है। और इह किहड़े केस दे विच है, पिछोकड़ की है, इस दे उत्ते भी गल करांगे। नाल गल करांगे सुप्रीम कोर्ट दे विच राजपाल नूं की कहा गया, पंजाब सरकार ने पटीशन पाई सी। एक होर अहम मुद्दा है जिहड़ा कि कानू गोए ते पटवारियां नूं पंजाब केडर बना दित्ता गया, पहलां इस तरह नहीं सी। इस दे नाल पटवारियां नूं जां उहनां नाल संबंधित जिहड़े उस अधिकार खेत्र च आउणगे उहनां नूं की नुकसान हो सकदे ने, ते इस दे नाल पंजाब सरकार नूं फायदा की हो सकदा, इस दे उत्ते गलबात करांगे। सब तो पहलां रुख करदे आं, सब तो पहला भुल्लर साहब, जिहड़ी ईडी ने अज कार्रवाई की अमरगढ़ तो विधायक ने गज्जन माजरा जी, उस दे बारे पिछोकड़ दे उत्ते भी झात मरवाओ कि आखिरकार अही जी कि गल सी कि मीटिंग दे विच्चों ही ईडी उन्होंने लै जाती है तो फिर गिरफ्तारी दी गल्लां सामने आ जाती है। देखो संदीप, सब तो वड्डी गल है कि अगर इन्हां दा आम आदमी पार्टी दे इस विधायक की गल की जाए गज्जन माजरा साहब की, ਜਿਹੜੇ ਕਿਸੇ ਵੇਲੇ ਲੋਕ ਇਨਸਾਫ ਪਾਰਟੀ ਵੱਲੋਂ ਵੀ ਲੜੇ ਸੀ, ਅਕਾਲੀ ਦਲ ਦੇ ਨਾਲ ਵੀ ਬੜੇ ਅੱਛੇ ਸੰਬੰਧ ਰਹੇ, ਕਾਂਗਰਸ ਪਾਰਟੀ ਦੇ ਨਾਲ ਵੀ ਬੜੇ ਅੱਛੇ ਸੰਬੰਧ ਰਹੇ, ਇੱਕ ਪੋਲੀਟੀਕਲ ਤੌਰ ਤੇ ਚਾਹੇ ਚੰਗੇ ਬਿਜ਼ਨਸਮੈਨ ਸੀ, ਲੇਕਿਨ ਰਾਜਸੀ ਤੌਰ ਤੇ ਇਸ ਪਰਿਵਾਰ ਨੂੰ ਭੁੱਖ ਹੈ ਸੀ ਕਿ ਕਿਤੇ ਨਾ ਕਿਤੇ ਅਸੀਂ ਵੀ MLA ਬਣ ਸਕਦੇ, ਤੇ ਇਸ ਵਾਰ ਜਿਹੜੀ ਇੱਕ ਹਵਾ ਸੀ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ, ਉਸ ਹਵਾ ਦੇ ਵਿੱਚ ਜਸਵੰਤ ਸਿੰਘ ਗੱਜਣ ਮਾਜਰਾ ਹੁਣੀ ਵੀ MLA ਬਣ ਗਏ, ਲੇਕਿਨ MLA ਬਣਨ ਤੋਂ ਪਹਿਲਾਂ ਇੱਕ ਚੰਗੇ ਵਪਾਰੀ ਤਾਰਾ ਫੀਡ ਕਰਕੇ ਮਸ਼ਹੂਰ ਹੈ ਇਸ ਪਰਿਵਾਰ ਦੀ ਸਕੂਲ, ਲੇਕਿਨ ਪਿੱਛੇ ਜੇ ਵੀ ਈਡੀ ਨੇ ਰੇਡ ਕੀਤੀ ਸੀ ਕਾਫੀ, ਦਾ ਜਿਹੜਾ ਮਸਲਾ ਸੀ ਕਿ ਗੜਬੜੀਆਂ ਹੋਈਆਂ 40 ਕਰੋੜ ਰੁਪਏ ਦੀਆਂ, ਉਸਦੇ ਚੱਲਦੇ ਉਦੋਂ ਈਡੀ ਨੂੰ ਲੱਗਾ ਕਿ ਬਹੁਤ ਕੁਝ ਗੜਬੜੀਆਂ ਹੋਈਆਂ ਨੇ, ਉਹਦੇ ਚੱਲਦਿਆਂ ਹੁਣ ਤਸਵੀਰਾਂ ਵੀ ਸਾਹਮਣੇ ਕਿ 40 ਕਰੋੜ ਰੁਪਏ ਦਾ ਜਿਹੜਾ ਫਰੋਡ ਆ ਉਹ ਈਡੀ ਨੂੰ ਲੱਗਾ, ਟਰੇਸ ਆਊਟ ਹੋਇਆ, ਤੇ ਜਿਸਦੇ ਚੱਲਦੇ ਅਜੇ ਸੰਗਰੂਰ ਦੇ ਵਿੱਚ ਮੀਟਿੰਗ ਕਰ ਰਹੇ ਸੀ ਤੇ ਮੀਟਿੰਗ ਦੌਰਾਨ ਫਿਰ ਉਹ ED ਨੇ ਅਰੈਸਟ ਕਰ ਲਿਆ। ਲੇਕਿਨ ਆਮ ਆਦਮੀ ਪਾਰਟੀ ਵਾਸਤੇ ਇੱਕ ਬਹੁਤ ਵੱਡਾ ਝਟਕਾ, ਕਿਉਂਕਿ MLA ਗੱਜਣ ਮਾਜਰਾ ਨੂੰ ED ਜਲੰਧਰ ਲੈ ਗਈ, ਕਿਉਂਕਿ ਜਿਹੜੀ ਸੰਗਰੂਰ ਡਿਸਟ੍ਰਿਕਟ ਆ ਉਹ ਜਿਹੜਾ ED ਦਾ ਓਰਿਜਨਲ ਆਫਿਸ ਆ ਜਲੰਧਰ ਰੇਂਜ ਦੇ ਵਿੱਚ ਆਉਂਦਾ, ਜਿਸ ਕਰਕੇ ਉਹਨਾਂ ਨੂੰ ਉੱਥੇ ਲਿਜਾਇਆ ਗਿਆ। ਲਾਜ਼ਮੀ ਤੌਰ ਤੇ ਉਹਨਾਂ ਦਾ ED ਰਿਮਾਂਡ ਵੀ ਹਾਸਲ ਕਰੂਗੀ, ਔਰ 40 ਕਰੋੜ ਰੁਪਏ ਦਾ ਜਿਹੜਾ ਮੋਟਾ ਗਬਨ ਆ। ਤੇ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਅਸੀਂ ਤਾਂ ਬੜੀ ਕੱਟੜ ਇਮਾਨਦਾਰਾਂ ਦੀ ਸਰਕਾਰ ਆ, ਬੜੀ ਤਗੜੀ ਪਾਰਟੀ ਆ, ਲੇਕਿਨ ਚਾਹੇ CBI ਦਾ ਮਸਲਾ ਹੋਵੇ, ਚਾਹੇ ED ਦਾ ਮਸਲਾ ਹੋਵੇ, ਚਾਹੇ ਸਤਿੰਦਰ ਜਿਹੜੇ ਇਹਨਾਂ ਦੇ ਮਿਨਿਸਟਰ ਸੀ ਸੈਂਟਰ ਦੇ ਵਿੱਚ ਜੈਨ, ਚਾਹੇ ਮਨੀਸ਼ ਸੋਧੀਆ ਸੀ, ਚਾਹੇ ਸੰਜੇ ਸਿੰਘ ਸੀ, ਇਹ ਸਾਰੇ ED ਔਰ CBI ਦੇ ਚੱਕਰ ਕੱਟ ਰਹੇ। ਔਰ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਨੋਟਿਸ ਆਏ, ਉਹਨੇ ਜਿਹੜੇ ਦਿੱਲੀ ਜਿਹੜਾ ਸ਼ਰਾਬ ਪਾਲਿਸੀ ਨੂੰ ਲੈ ਕੇ ਆ, ਉਹਨਾਂ ਨੇ ਹਾਲੇ ਤੱਕ ਕਿਉਂਕਿ ਇਲੈਕਸ਼ਨ 'ਚ ਬਿਜ਼ੀ ਆ, ਹੁਣ ED ਪਤਾ ਨਹੀਂ ਉਹਨਾਂ ਦੁਬਾਰਾ ਕਦੋਂ ਤਲਬ ਕਰਦੀ ਆ। ਲੇਕਿਨ ਜਿਹੜੇ ਜਸਵੰਤ ਸਿੰਘ ਗੱਜਣ ਮਾਜਰਾ ਦੀ ਜਿਹੜੀ ED ਨੇ ਅਰੈਸਟ ਕੀਤੀ ਆ, ਇਹਦਾ ਮਤਲਬ ਇਹ ਸਪਸ਼ਟ ਨਿਕਲਦਾ ਕਿ ਆਮ ਆਦਮੀ ਪਾਰਟੀ ਇੱਕ ਪਾਸੇ ਤੇ ਬੜੀਆਂ ਪਵਿੱਤਰ ਪਾਕ ਪਵਿੱਤਰ ਗੱਲਾਂ ਕਰਦੀ ਸੀ ਕਿ ਕਾਂਗਰਸ ਪਾਰਟੀ ਨੇ, ਅਕਾਲੀਆਂ ਨੇ, ਪਿਛਲਿਆਂ ਨੇ ਬੜਾ ਪੰਜਾਬ ਨੂੰ ਲੁੱਟਿਆ, ਤੇ ਤੁਹਾਨੂੰ ਤਾਂ ਅਜੇ 18 ਮਹੀਨੇ ਹੋਏ, ਤੁਸੀਂ 18 ਮਹੀਨਿਆਂ ਦੇ ਵਿੱਚ ਹੀ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਤਾਂ ਇਹ ਪੱਖ ਸਪਸ਼ਟ ਹੁੰਦੇ ਨੇ, ਉਹਨਾਂ 75 ਸਾਲਾਂ ਚੋਂ ਲੁੱਟਿਆ, ਕੁਝ ਨਾ ਕੁਝ ਤੁਸੀਂ 18 ਮਹੀਨਿਆਂ ਦੇ ਵਿੱਚ ਹੀ ਲੁੱਟਣਾ ਸ਼ੁਰੂ ਕਰ ਦਿੱਤਾ। ਇਹ ਦੇਸ਼ ਦੀ ਸੁਪਰੀਮ ਕੋਰਟ ਨੇ ਵੀ ਆਪਣੀ ਪ੍ਰੋਸੀਡਿੰਗ ਦੇ ਵਿੱਚ ਕਿਹਾ ਕਿ 338 ਕਰੋੜ ਰੁਪਏ ਦਾ ਲੈਣ ਦੇਣ ਹੋਇਆ, ਜਿਹਦੇ ਚ ਮਨੀਸ਼ ਸੋਧੀਆ ਜਿਹੜੀ ਭੂਮਿਕਾ ਸ਼ੱਕੀ ਉਹਨੂੰ ਰੂਲ ਆਊਟ ਨਹੀਂ ਕਰ ਸਕਦੇ। ਲੇਕਿਨ ਆਹ ਜਿਹੜਾ ਜਸਵੰਤ ਸਿੰਘ ਗੱਜਣ ਮਾਜਰਾ, ਇਸ ਤੋਂ ਸਾਬਤ ਹੋ ਚੁੱਕਾ ਕਿ ED ਦੇ ਵਿੱਚ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਕਾਲੀਆਂ ਭੇਡਾਂ ਕਹਿ ਸਕਦੇ ਹਾਂ ਕਿ ਜਿਹਨਾਂ ਕਰਕੇ ਆਮ ਆਦਮੀ ਪਾਰਟੀ ਹੁਣ ਇਹ ਕਹਿਣ ਜੋਗੀ ਨਹੀਂ ਬਚੇਗੀ ਕਿ ਅਸੀਂ ਇਮਾਨਦਾਰਾਂ ਦੀ ਪਾਰਟੀ ਹਾਂ। ਜੇ ਇਮਾਨਦਾਰਾਂ ਦੀ ਜਾਂ ਕੱਟੜ ਇਮਾਨਦਾਰਾਂ ਦੀ ਪਾਰਟੀ ਹੁੰਦੀ, ਇੱਕ ਵੀ ਇਹਨਾਂ ਦਾ ਜਿਹੜਾ MLA ਜਾਂ ਮਿਨਿਸਟਰ ਆ ਉਹ ED ਜਾਂ CBI ਨਾ ਉਹਨਾਂ ਨੂੰ ਅਰੈਸਟ ਕਰਦੀ। ਲੇਕਿਨ ਇਸ ਮਸਲੇ ਦੇ ਵਿੱਚ ਉਦਾਂ ਤੇ ਬਹੁਤ ਵੱਡੀਆਂ ਪ੍ਰੈਸ ਕਾਨਫਰੰਸਾਂ ਕਰ ਦਿੰਦੀ ਹੈ ਆਮ ਆਦਮੀ ਪਾਰਟੀ, ਜਦੋਂ ਕੋਈ BJP ਵਾਲਾ ਫੜਿਆ ਜਾਵੇ ਜਾਂ ਫਿਰ ਫੜਿਆ ਜਾਵੇ ਕੋਈ ਕਾਂਗਰਸ ਵਾਲਾ, ਉਦੋਂ ਤੇ ਪੂਰੇ ਦੇ ਪੂਰੇ MLA, ਪੂਰੇ ਦੇ ਪੂਰੇ ਮੰਤਰੀ, ਪੂਰੇ ਦੇ ਪੂਰੇ ਆਮ ਆਦਮੀ ਪਾਰਟੀ ਦੇ ਬੁਲਾਰੇ, ਮੁੱਖ ਬੁਲਾਰੇ, ਸਪੋਕਸਪਰਸਨ, ਸਪੀਕਰ, ਚੀਫ ਸਪੋਕਸਪਰਸਨ, ਉਦੋਂ ਤੇ ਬੜੇ ਦਮਗੇ ਜੇ ਮਾਰਦੇ ਨੇ, ਨੱਚਦੇ ਭੁੜਕਦੇ ਨੇ, ਟੱਪਦੇ ਨੇ। ਲੇਕਿਨ ਅੱਜ ਨੀ ਇਹਨਾਂ ਨੇ ਢੋਲ ਵਜਾਏ, ਕਿਉਂਕਿ ਅੱਜ ਇਹਨਾਂ ਦੇ ਘਰ ਦੇ ਵਿੱਚ ਹੀ ਬੰਦਾ ਫੜਿਆ ਗਿਆ ਗੱਜਣ ਮਾਜਰਾ। ਤੇ ਹੁਣ ਇਸ ਮਸਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਕਹਿਣਗੇ ਜਾਂ
अरविंद केजरीवाल साहब की एक कहन गल के यही होर ध्यान कहेंगे मंगती है भुल्लर साहब, वो ये है कि जदों विजिलेंस कार्रवाई करती है आम आदमी पार्टी वाले कहिंदे ने कि बड़ी निरपक्षता दे नाल जांच है, और वो विरोधी जिहड़े इल्जाम ये लाउंदे आ कि जदों फिर CBI दे छापे वजदे ने जां ईडी कार्रवाई कर दिंदी आ उदों फिर तुहानूं तेर मेर नज़र क्यों आउण लग जांदा, इह वी बड़े सवाल उठदे ने। संदीप भाई ते सियासत दा फ्रेम, सियासत झूठी सियासत है ना, ये वो चीजा ने। सब तो बड़ी गल ये नहीं हो सकता कि जे मेरी सरकार काम कर रही है तो मैरिट ते कर रही है, जे कोई दूजे दी सरकार कर रही है तो वो डीमेरिट है। मैरिट ते फिर सारे वास्ते होनी चाहिए ना, ये स्पष्ट हो चुका। ये भी मान के चलते हैं कि जे मैं कार्यकार भी कर दते मैं सही कर रहा, जे दूजी सरकार कर दे माड़ी कार्रवाई कर दे, लेकिन ये भी मान के चलना चाहिए। पक्ष ये भी है कि जिन्निया भी चाहे सूबा सरकार दीयां एजेंसियां ने चाहे सेंटर सरकार दीयां एजेंसियां ने, मैरिट ते अजकल काम घट ही हुंदे ने। कोई ना कोई सियासी रंजिशां सियासी बदलाखोरी हुंदियां ने। सवाल ते तां आंदा ना जे आपां ईडी CBI जां उहनूं विजिलेंस की गल करिए कि जे उह रूलिंग पार्टी के भी मंत्रियों नूं फड़दी हैगी ना, जे तुसीं दूजियां पार्टियां के MLA मंत्रियों नूं फड़ना ते फिर ते ਉਹਦੀ CBI ਜਾਂ ED ਜਾਂ ਵਿਜੀਲੈਂਸ ਦੀ ਮੈਰਿਟ ਤੇ ਜਾਂ ਉਹਨਾਂ ਦੀ ਜਿਹੜੀ ਹੈ ਨਾ ਨਿਰਪੱਖਤਾ ਤੇ ਸਵਾਲ ਖੜੇ ਹੁੰਦੇ ਨੇ। ਜਿੱਥੋਂ ਤੱਕ ਰਹੀ ਗੱਲ ਜੀ ਪ੍ਰੋਫੈਸਰ ਗੱਜਣ ਮਾਜਰਾ ਦੇ ਨਾਲ ਜੁੜੀ ਹੋਈ ਗੱਲ, ਆਮ ਆਦਮੀ ਪਾਰਟੀ ਦੇ ਵਿਧਾਇਕ ਜਦੋਂ CBI ਦੇ ਛਾਪੇ ਵੱਜੇ ਸਨ ਤੁਹਾਨੂੰ ਵੀ ਯਾਦ ਹੋਣਾ ਜੀ ਕਿ ਉਦੋਂ May 2022 ਦਾ ਮਹੀਨਾ ਸੀ ਜਦੋਂ ਉਹਨਾਂ ਨੇ ਬਿਆਨ ਮੀਡੀਆ ਨੂੰ ਦਿੱਤਾ ਸੀ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਮੇਰੇ ਪਰਿਵਾਰ ਨੂੰ ਤੇ ਮੈਨੂੰ ਤੰਗ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਕੁਝ ਨਹੀਂ ਲੱਭਣਾ, ਇਸ ਕੇਸ ਦੇ ਵਿੱਚ ਮੈਂ ਬਿਲਕੁਲ ਨਿਰਦੋਸ਼ ਹਾਂ, ਇਹ ਤਾਂ ਬਸ ਐਵੇਂ ਚੱਕਰਾਂ 'ਚ ਪਾਇਆ ਹੋਇਆ ਮੈਨੂੰ। ਸੰਦੀਪ ਜਿਹੜੇ ਪੋਲੀਟੀਸ਼ੀਅਨ ਹੈਗੇ ਨੇ ਬੜੇ ਮੋਟੀ ਚਮੜੀ ਵਾਲੇ ਲੋਕ ਹੁੰਦੇ ਨੇ, ਇਹਨਾਂ ਨੂੰ ਕਹਿ ਦੋ ਕਿ ਨਾਲੇ ਚੋਰ ਨਾਲੇ ਚਤਰਾਈਆਂ ਜਾਂ ਚੋਰੀ ਜਾਂ ਉੱਪਰੋਂ ਸੀਨਾ ਚੋਰੀ ਨਾ, ਇਹਨਾਂ ਨੂੰ ਤੇ ਨਹੀਂ ਇਹ ਤੇ ਜੇ ਅਦਾਲਤਾਂ ਵੀ ਸਜ਼ਾ ਸੁਣਾ ਦੇਣ ਤੇ ਤਦ ਵੀ ਯਕੀਨ ਨਹੀਂ ਕਰਦੇ, ਤਾਂ ਵੀ ਲੋਕਾਂ ਨੂੰ ਗੁੰਮਰਾਹ ਕਰਨਗੇ। ਉਹ ਸਾਡੀ ਦੇਸ਼ ਦੀ ਜਨਤਾ ਵੀ ਭੋਲੀ ਭਾਲੀ ਹੈਗੀ ਕਿ ਇਹਨਾਂ ਨੂੰ ਫਿਰ ਜਿਤਾ ਦਿੰਦੀ ਹੈਗੀ ਹੈ ਨਾ ਜੀ, ਵੀ ਮਤਲਬ ਜੇ ਬੰਦਾ ਇੱਕ ਦਸ ਦਾ ਇੱਥੇ ਦੇ ਜਿਹੜੇ ਜਿਹੜੇ 10-10 ਸਾਲ ਦੀ ਸਜ਼ਾ ਹੋਈ ਆ ਉਹ ਦੁਬਾਰਾ MLA ਬਣ ਕੇ ਉਹਨਾਂ ਦੇ ਟੱਬਰ ਕੰਮ ਹੋਏ, DPCM ਬਣ ਗਏ ਨੇ ਹਰਿਆਣੇ ਦੇ ਵਿੱਚ। ਸਭ ਤੋਂ ਵੱਡੀ ਐਗਜ਼ਾਮਪਲ ਆ ਕਿ ਜੇ ਓਮ ਪ੍ਰਕਾਸ਼ ਚੌਟਾਲਾ ਤੇ ਉਹਦੇ ਮੁੰਡੇ ਅਜੇ ਚੌਟਾਲਾ ਨੂੰ 10-10 ਸਾਲ ਦੀ ਸਜ਼ਾ ਹੋਈ ਹੈ ਤੇ ਅਜੇ ਚੌਟਾਲੇ ਦਾ ਮੁੰਡਾ ਹਰਿਆਣੇ ਦੇ ਵਿੱਚ DPCM ਬਣ ਗਿਆ ਹੈਗਾ ਨਾ। ਇਸ ਕਰਕੇ ਜਿਹੜੇ ਦੇਸ਼ ਦੇ ਲੀਡਰ ਨਾ ਜੀ ਬਹੁਤ ਮੋਟੀ ਚਮੜੀ ਵਾਲੇ ਨੇ, ਆਪਾਂ ਕਹਿ ਸਕਦੇ ਕਿ ਸ਼ਰਮਾ ਦੇ ਜਿਹੜੇ ਮੁਖੀ ਹੁੰਦੇ ਨਾ ਜੀ ਉਹਨਾਂ ਦੀ ਇੱਕ ਕੁਆਲਿਟੀ ਦੇਸ਼ ਦੇ ਲੀਡਰਾਂ ਦੇ ਵਿੱਚ ਵੀ ਆ ਨਾ, ਇਹ ਮੰਨਦੇ ਨਹੀਂ ਹੈਗੇ। ਦੇਸ਼ ਦੀਆਂ ਅਦਾਲਤਾਂ ਵੀ ਇਹਨਾਂ ਨੂੰ ਦਾਗੀ ਡਿਕਲੇਅਰ ਕਰ ਦੇਣ, ਸਜਾਵਾਂ ਹੋ ਜਾਣ, ਫਿਰ ਵੀ ਕਹਿਣਗੇ ਨਹੀਂ ਜੀ ਸਾਡੇ ਤੇ ਪੋਲੀਟੀਕਲ ਰਾਜਸੀ ਬਦਲਾਖੋਰੀ ਦੇ ਨਾਲ। ਪਰ ਤੁਸੀਂ ਇਹ ਦੱਸੋ ਜਦੋਂ ਤੁਸੀਂ ਤੁਹਾਡੇ ਕੋਲ CBI ਦੀ ਰੇਡ ਜਾਂ ED ਦੀ ਰੇਡ ਪਈ ਸੀ ਮਈ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਉਸ ਤੋਂ ਬਾਅਦ ਤੁਸੀਂ ਮੀਡੀਆ ਦੇ ਮੁਖਾਤਬ ਹੋਏ ਹੋ, ਤੁਸੀਂ ਮੀਡੀਆ ਨੂੰ ਦੱਸਿਆ ਕਿ ਮੇਰੇ ਘਰ ਜਿਹੜੀ ਰੇਡ ਹੈ ਜਾਲੀ ਫਰਜ਼ੀ ਮਾਰੀ ਗਈ ਹੈ, ਜਦ ED ਕਹਿ ਰਹੀ ਹੈ ਕਿ 40 ਕਰੋੜ ਰੁਪਏ ਦੀ ਗਬਨ ਹੋਇਆ ਹੇਰਾ ਫੇਰੀ ਹੋਈ ਆ, ਤੇ ਤੁਸੀਂ ਉਦੋਂ ਦੇ ਅਦਾਲਤ ਦੇ ਵਿੱਚ ਕਿਉਂ ਨਹੀਂ ਗਏ, ਤੁਸੀਂ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਗਏ? ਇਹਦਾ ਮਤਲਬ ਕਿਤੇ ਨਾ ਕਿਤੇ ਡੀਲਿੰਗ ਦੀਆਂ ਗੱਲਾਂ ਹੋ ਰਹੀਆਂ, ਜਦੋਂ ਤੁਸੀਂ ਚੁੱਪ ਕਰ ਜਾਂਦੇ ਤਾਂ ਮਤਲਬ ਕਿਤੇ ਨਾ ਕਿਤੇ ਤੁਹਾਨੂੰ ਸਮਝੌਤਾਵਾਦੀ ਹੋ, ਤੁਸੀਂ ਕੁਛ ਨਾ ਕੁਛ ਵਿਚੋਲੇ ਲੱਭ ਰਹੇ ਹੋ। ਜਿਵੇਂ ਤੁਸੀਂ ਇੱਕ ਗੱਲ ਦਾ ਜ਼ਿਕਰ ਕੀਤਾ ਹੈ ਕਿ ਆਮ ਆਦਮੀ ਪਾਰਟੀ ਜੇ ਤੱਕ ਉਹ ਵਿਰੋਧੀ ਫੜਿਆ ਜਾਵੇ ਟੰਗਿਆ ਜਾਵੇ ਤਾਂ ਬੜੀਆਂ ਪ੍ਰੈਸ ਕਾਨਫਰੰਸ ਹੋ ਜਾਂਦੀਆਂ ਹੈੱਡਕੁਆਟਰ ਤੋਂ, ਹੋਰ ਬੜੇ ਟਵੀਟ ਤੋਂ ਟਵੀਟ ਹੁੰਦੇ ਆ, ਔਰ ਸੁਪਰੀਮ ਕੋਰਟ ਨੇ ਅੱਜ ਇੱਕ ਫੈਸਲਾ ਰਾਜਪਾਲ ਨੂੰ ਲੈ ਕੇ ਕੀਤਾ ਹੈ ਕਿ ਤੁਹਾਨੂੰ ਮਸਲਾ ਇੱਥੋਂ ਤੱਕ ਲੈ ਕੇ ਆਉਂਦੇ ਹੋ, ਉਸ ਨੂੰ ਲੈ ਕੇ ਮਲਵਿੰਦਰ ਕੰਗ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਕਿ ਇਹ ਤਾਂ ਪੰਜਾਬ ਸਰਕਾਰ ਦੀ ਲੋਕਤੰਤਰ ਦੀ ਜਿੱਤ ਹੈ ਕਿਉਂਕਿ ਰਾਜਪਾਲ ਹਮੇਸ਼ਾ ਅੜਿੱਕਾ ਡਾਉਂਦੇ ਰਹੇ, ਔਰ ਉਹਨਾਂ ਨੇ ਵਿਰੋਧੀਆਂ ਨੂੰ ਵੀ ਕਹਿ ਦਿੱਤਾ ਕਿ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਹ ਰਾਜਪਾਲ ਦਾ ਸਾਥ ਦਿੰਦੇ ਰਹੇ ਇਸ ਮਸਲੇ ਦੇ ਉੱਤੇ। ਦੇਖੋ ਸਭ ਤੋਂ ਪਹਿਲਾਂ ਕਿ ਸੰਦੀਪ ਦਾ ਜਿਹੜਾ ਮਸਲਾ ਕਿ ਦੇਸ਼ ਦੀ ਸਰਵਉੱਚ ਅਦਾਲਤ ਜਿਹੜੀ ਸੁਪਰੀਮ ਕੋਰਟ ਆ, ਸੁਪਰੀਮ ਕੋਰਟ ਪਹਿਲਾਂ ਹੀ ਕਈ ਰੈਫਰੈਂਸ ਕੇਸ ਦੇ ਵਿੱਚ ਦੇਸ਼ ਦੇ ਸਾਰੇ ਗਵਰਨਰਾਂ ਨੂੰ ਕਹਿ ਚੁੱਕੀ ਆ, ਆਪਣੇ ਤੌਰ ਤੇ ਜਦੋਂ ਤੇਲੰਗਾਨਾ ਦੀ ਸਰਕਾਰ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਉਦੋਂ ਸੁਪਰੀਮ ਕੋਰਟ ਵੱਲੋਂ ਜਿਹੜੇ ਆਦੇਸ਼ ਕਿਹਾ ਸੀ ਦੇਸ਼ ਜਾਰੀ ਕੀਤੇ ਗਏ ਸੀ, ਜਿਹੜਾ ਦੇਸ਼ ਦਾ ਸੰਵਿਧਾਨ ਆਰਟੀਕਲ ਕਿ ਜਿਹੜੇ ਦੇਸ਼ ਦੇ ਆਪਾਂ ਸੂਬਾ ਨੇ ਉਹ ਜਿਹੜੇ ਮਿਨਿਸਟਰ ਆਫ ਕਾਉਂਸਲ ਆ ਮਤਲਬ ਕੈਬਨਿਟ ਮਿਨਿਸਟਰ ਨੂੰ ਉਹਨਾਂ ਦੇ ਨਾਲੋਂ ਪਾਬੰਦ ਨੇ ਲਬਾਸ ਜੋ ਕੈਬਨਿਟ ਫੈਸਲਾ ਕਰਦੀ ਉਸ ਤੇ ਗਵਰਨਰ ਨੂੰ ਮੋਹਰ ਲਗਾਉਣੀ ਚਾਹੀਦੀ ਆ। ਹੁਣ ਸਵਾਲ ਇਹ ਹੈ ਕਿ ਜਦੋਂ ਤੇਲੰਗਾਨਾ ਸਰਕਾਰ ਸੀ ਉਹਨਾਂ ਦੇ 10 ਬਿੱਲ ਸੀ ਉਦੋਂ ਦਿੱਲੀ ਗਵਰਨਰ ਨੇ 5 ਬਿੱਲ ਰੋਕ ਲਏ ਸੀ, ਉਹਦੇ ਚ ਟਿੱਪਣੀ ਦੇਸ਼ ਆਏ ਸੀ ਗਵਰਨਰ ਨੂੰ ਹੁਕਮ ਦਿੱਤੇ ਗਏ ਸੀ ਕਿ ਤੁਸੀਂ ਪਾਬੰਦ ਹੋ ਤੇ ਜਦੋਂ ਸੂਬਾ ਸਰਕਾਰ ਬਿੱਲ ਭੇਜਦੀ ਹੈ ਤੁਹਾਨੂੰ ਮਨਜ਼ੂਰ ਕਰਨੇ ਚਾਹੀਦੇ ਨੇ ਐਸ ਸੂਨ ਐਸ ਪੋਸੀਬਲ।
जल्दी हो सके तो बिल तैयार करवा के देनी पेगी। हूँ जो पंजाब के राज्यपाल है इन्होंने तीन मनी बिल से वैसे टोटल 27 बिल आए हैं, कह रहे कि बाइयों ने प्रवानगी दे दी, लेकिन उन्होंने ये टिप्पणी की थी कि भाई उसे नहीं कर सकते क्योंकि बिल उस दिन पास किए थे जिसने सुप्रीम कोर्ट के केस में पंजाब सरकार ने 29 नवंबर को केस फाइल कर दिता। जे तुहानूं खून की इन्नी इज्जत है, तुहानूं संविधान की इन्नी इज्जत है, तुसीं इत्थों तक नौबत आउंदी आ। इसको साबित हो चुका है कि जिहड़े देश दे जिहड़े गवर्नर ने उत्थे सरकारां नूं परेशान कर रहे ने जिथे बीजेपी दीआं सरकारां नहीं ने, चाहे वह बंगाल की धरती तमिलनाडु की धरती चाहे वह दिल्ली की तरह लो चाहे वह केरला की ला लो, जिथे जिथे गैर बीजेपी दीआं सरकारां आ उत्थे गवर्नर दे जरिए सरकारां नूं ढिल्ली टाइट कीती जा रही है। इस मसले देखो आम आदमी पार्टी साडी जिद हुई संघ सरकार ने बिल भेजे सी जैनुअन विरोधियों ने सरकार घेरन की कोशिश की। इस मसले मेनु यह लगता के चाहिए कि घटो घट सारी दुनिया को पता लग चुका है कि पंजाब सरकार गवर्नर दी नहीं बढ़ती जी, नहीं बढ़ती तो ऑपोजिशन पार्टी प्रेस बयान या प्रेस कॉन्फ्रेंस कर गवर्नर भी झूठे पै गए सिद्धांतक तौर पर, ऑपोजिशन भी पै गया। पार्टी तो कहूगी 3 करोड़ लोगों की जित, आम आदमी पार्टी की जित, लोकतंत्र की जित, प्रोजेक्ट बुला के अपने क्योंकि उन्होंने हक है। गवर्नर का यह नहीं होंगे कि सरकार ने कोई बिल भेजा दिखाओगे नहीं मंजूरी चर्चा करांगा मैं सलाह पावगा कानूनी सदन बुला लिया। देखो सब वो जरा दायरा जरा है दायरे रह के सरकार गवर्नर को कोई समस्या नहीं होनी चाहिए, जिथे गवर्नर लगता है राइट बनता काम मंजूरी देना है काम है कि जे कोई जानकारी बनी सरकार का जवाब देना, लेकिन गवर्नर कई खाते बजट किनिया कर चुकिया राष्ट्रपति मोदी सरकार 1947 तो लैके 2000 हिंदुस्तान से जेड़ा से 24-25 करोड़ कर्जा से 2014 तो लैके 1 लाख करोड़ का कर्जा संविधान कहता की संविधान तो बिल पेश किया जा रहा है गवर्नर राष्ट्रपति रोजमर्रा के सरकार के फैसले है गवर्नर उस बारे के सुप्रीम कोर्ट की बेनती है कि मैं लगता है कि अगे तो पंजाब के राष्ट्रपाल अमृत साहब रख के फैसला किंदू प्रंत करे जे किंदू प्रंतगे तो लगातार उन्होंने दूर सुप्रीम कोर्ट तो बैकवर्ड से होना पाया। एक जो उन्होंने बजट नहीं दी थी